ਮੈਡੀਕਲ ਕੈਂਪ ਜਿਹੜਾ ਵਾ ਖਾਲਸਾ ਏਡ ਦੇ ਵੱਲੋਂ ਇੱਥੇ ਲਗਾਇਆ ਗਿਆ ਵਾ। ਦਾਣੇ ਵਿੱਚ ਲੱਗਦੇ ਕੱਲ ਲੋਹੇ ਦੇ ਦਾਣੇ ਆ, ਉਹ ਵੱਜਦੇ ਸੀ ਕੋਈ ਅੰਜੂ ਗਿਆ ਇਸੇ ਕੋਲੇ ਵੀ ਲੱਗ ਗਿਆ, ਉਹ ਤਾਂ ਬਹੁਤ ਜ਼ਿਆਦਾ ਸੀਗਾ। ਤੇ ਹੁਣ ਇੱਥੋਂ ਦਵਾਈ ਲਿੱਤੀ ਜਾ ਰਹੀ ਹੈ, ਦਵਾਈ ਲਿੱਤੀ ਜਾ ਰਹੀ ਹੈ, ਕੁਝ ਪੈਰ ਤੇ ਲੱਗੇ ਆ। ਹਾਂਜੀ ਪੈਰ ਤੇ ਵੀ ਲੱਗੇ, ਲੱਗਾ ਪੈਰ ਤੇ ਆ ਥੱਲੇ ਬੰਦ ਲੈ ਗਈ ਤੇ ਆ ਬਚਾਈ ਤੇ ਪੈਰ ਦਾ ਕਦੇ ਮਾਰਿਆ ਹੀ ਹੁੰਦੇ ਤਾਂ ਕਰਕੇ। ਥੋੜੇ ਦੱਸਿਓ ਡਾਕਟਰ ਆ ਰਹੇ ਆ, ਆ ਦੇਖੋ ਹੁਣ ਇਹ ਅੱਜ ਤੱਕ ਚੱਬਾ ਰੱਖਣਾ ਜਿਹੜਾ ਆਪਾਂ ਗੱਲ ਕਰਦੇ ਆ, ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਇੰਟਰਨੈਸ਼ਨਲੀ ਬੈਨ ਆਏ ਪੈਲਟ ਗਨ ਯੂਜ਼ ਨਹੀਂ ਹੋ ਸਕਦੀ, ਪਰ ਇੱਥੇ ਪੈਲਟ ਗਨ ਯੂਜ਼ ਕੀਤੀ ਜਾ ਰਹੀ ਹੈ। ਕਿਹੜੀ ਡੈਮੋਕ੍ਰੇਸੀ? ਕਿੰਨੇ ਕਿੰਨੇ ਕਿ ਤੁਹਾਡੇ ਕੋਲ ਇਸ ਤਰੀਕੇ ਦੇ ਮਰੀਜ਼ ਆਏ ਨੇ ਜਿਨ੍ਹਾਂ ਦੇ ਵੀਰੇ ਬਹੁਤ ਆ ਚੁੱਕੇ, ਕੱਲ ਦੇ ਬਹੁਤ ਹੀ ਗੱਡੀਆਂ, ਛੋਟੇ ਛੋਟੇ ਬੱਚਿਆਂ ਦੀਆਂ ਗੋਲੀਆਂ ਨਿਕਲੀਆਂ ਹੈਗੀਆਂ। ਇਹ ਬਾਈ ਕੱਲ ਲੱਗੀ ਪਰਸੋਂ ਲੱਗੀ? ਇਹਦਾ ਪਰਸੋਂ ਵੀ ਆ, ਠੀਕ ਆ ਉੱਥੋਂ ਸੜੀ ਲਾਲੀ ਜੀ ਲੱਗੀ ਫੈਲਣ ਯਾਰ। ਮੈਡੀਕਲ ਕੈਂਪ ਜਿਹੜਾ ਵਾ ਖਾਲਸਾ ਏਡ ਦੇ ਵੱਲੋਂ ਇੱਥੇ ਲਗਾਇਆ ਗਿਆ ਵਾ। ਹੁਣ ਤਾਂ ਕਿੰਨੇ ਕੁ ਲੋਕ ਜ਼ਖਮੀ ਜਿਹੜੇ ਨੇ ਜਿਨ੍ਹਾਂ ਦਾ ਇਲਾਜ ਇੱਥੇ ਹੋਇਆ, ਕਿਉਂਕਿ ਅੱਜ ਤਾਂ ਹੰਝੂ ਗੈਸ ਦੇ ਗੋਲੇ ਨਹੀਂ ਛੱਡੇ ਜਾ ਰਹੇ, ਲੇਕਿਨ ਕੱਲ੍ਹ ਤੋਂ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸੀਗੇ। ਅੱਜ ਮੇਰੇ ਕਾਫੀ ਲੋਕ ਹੋ ਗਏ ਨੇ ਜਿਹਦੇ ਵਿੱਚ ਮਤਲਬ ਘੱਟੋ ਘੱਟ ਸਾਡੇ ਕੋਲ 80 ਸਾਡੇ ਕੋਲ 30 ਤੋਂ 40 ਬੰਦੇ ਜਿਹੜੇ ਮੇਜਰ ਜਿਨ੍ਹਾਂ ਨੂੰ ਮਤਲਬ ਪ੍ਰੋਬਲਮ ਆਈ ਹੈਗੀ ਆ, ਛੱਲੇ ਲੱਗੇ ਆ ਗੋਲੀਆਂ ਦੇ ਤੇ ਉਹ ਪਲਾਸਟਿਕ ਦੀਆਂ ਗੋਲੀਆਂ ਵੱਜੀਆਂ ਵਾ ਸਰਜੀਕਲ। ਹਾਂਜੀ ਤੁਹਾਡੇ ਕੀ ਲੱਗਾ? ਇਹ ਛੱਲਾ ਲਗਾ ਹੈ ਹੁਣ ਤੱਕ ਕਿੰਨੇ ਤੁਸੀਂ ਕਹਿ ਰਹੇ 40 ਦੇ ਕਰੀਬ ਜ਼ਿਆਦਾ ਜ਼ਖਮੀ ਹੋਏ ਸੀ? ਹਾਂਜੀ ਉਹਨੇ ਦੇ ਛੱਲੇ ਲੱਗੇ ਸੀ, ਪਲਾਸਟਿਕ ਦੀਆਂ ਗੋਲੀਆਂ ਸੀ, ਉਹ ਕਾਫੀ ਜ਼ਿਆਦਾ ਜ਼ਖਮ ਜਿਹੜੇ ਉਹਨਾਂ ਦੇ ਹੋਏ ਹੈਗੇ ਸੀਗੇ। ਹਾਂਜੀ ਅੱਜ ਹਾਲਾਂਕਿ ਹੰਝੂ ਗੈਸ ਦੇ ਗੋਲੇ ਨਹੀਂ ਛੱਡੇ ਜਾ ਰਹੇ, ਤਾਂ ਅੱਜ ਕਿਵੇਂ ਜਿਹੜੇ ਲੋਕ ਆ ਰਹੇ ਨੇ? ਪਰ ਜਿਹੜੇ ਕੱਲ ਦੇ ਜ਼ਖਮੀ ਹੋਏ ਆ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ, ਉਹ ਦੁਬਾਰਾ ਜਿਹੜਾ ਮੈਡੀਸਿਨ ਵਗੈਰਾ ਜਾਂ ਪੱਟੀ ਕਰਾਉਣ ਵਾਸਤੇ ਦੁਬਾਰਾ ਆ ਰਹੇ ਆ। ਕਈ ਲੋਕਾਂ ਦਾ ਬੀਪੀ ਵੀ ਘਟਿਆ ਵਧਿਆ ਨਜ਼ਰ ਆ ਰਿਹਾ ਜਾਂ ਪੇਟ ਦੀ ਵੀ? ਬਜ਼ੁਰਗ ਆ ਆਪਣੇ, ਫਿਰ ਉਮਰ ਦੇ ਹਿਸਾਬ ਦੇ ਨਾਲ ਥੋੜਾ ਫਰਕ ਤਾਂ ਪੈਂਦਾ, ਉਹ ਫਿਰ ਉਹਨਾਂ ਦੇ ਫਸਟ ਏਡ ਜਿਹੜਾ ਅਸੀਂ ਦੇ ਰਹੇ ਆ। ਕੱਲ ਤੇ ਅੱਜ ਦੇ ਹਾਲਾਤ ਚ ਕਿੰਨਾ ਕੁ ਫਰਕ ਸੀਗਾ? ਕਿੰਨਾ ਬੀਪੀ ਆ ਅੱਜ? ਮਤਲਬ ਅੱਜ ਸਾਡੇ ਕਿਸਾਨ ਯੂਨੀਅਨ ਨੇ ਰੋਕਿਆ ਵਾ ਕਿ ਤੁਸੀਂ ਇਹ ਕੰਮ ਜਿਹੜਾ ਅਜੇ ਨਾ ਕਰੋ, ਜੇ ਉਹ ਮੰਨ ਜਾਣਗੇ ਠੀਕ ਆ, ਅੱਜ ਦੀ ਦਿਹਾੜੀ ਦੇਖਣਾ ਨਹੀਂ ਤੇ ਕੱਲ ਨੂੰ ਫਿਰ ਜਿਹੜਾ ਇਹ ਸਭ ਨਾਕੇ ਤੋੜੇ ਜਾਣਗੇ ਸਭ ਇੱਥੇ ਚੁੱਕਿਆ ਜਾਓਗੇ ਫਿਰ ਅੱਗੇ? ਹੈਂ ਅਜੇ ਤੇ ਤੁਹਾਡੇ ਲੱਗੇ ਗੋਲੇ ਫਿਰ ਕੋਈ? ਹਾਂ ਅਸੀਂ ਜਾਵਾਂਗੇ ਫਿਰ ਕਿਆ ਜਾ, ਗੋਲੀ ਦੂਜੀ ਲੱਗ ਜਾਏ, ਦੂਜੀਆਂ ਵੀ ਚੱਲੀਆਂ, ਅਸਲੀ ਗੋਲੀਆਂ ਚੱਲੀਆਂ ਸੀ ਉਹ, ਅਸਲੀ ਤਾਂ ਨਹੀਂ ਪੈਲਟ ਗਨ ਚੱਲੀ। ਹਾਂਜੀ ਹਾਂਜੀ ਪੈਲਟ ਗਨ ਚੱਲੀ ਸੀ, ਅਸਲੀ ਤਾਂ ਥੋੜਾ ਪੈਨਿਕ ਰੇਟ ਹੋ ਜਾਂਦਾ, ਅਸਲੀ ਗੋਲੀ ਨਹੀਂ ਚੱਲੀ? ਅਸਲੀ ਗੋਲੀ ਚੱਲੀ ਆ ਸਰ ਜੀ, ਅਸੀਂ ਤਾਂ ਖੋਲ ਲਈ ਸੀ ਉਹਨਾਂ ਦੀਆਂ ਬੜਾਈਆਂ ਦੀ, ਸਾਡੇ ਕੋਲ ਵੀਡੀਓ ਆ ਗਈਆਂ। ਹੁਣ ਕਿਹੜੇ ਕਿਹੜੇ ਜਿਹੜਾ ਵਾ ਇਸ ਵੇਲੇ ਲੋਕਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ? ਲੋਕਾਂ ਦੀ ਸ਼ਿਕਾਇਤਾਂ ਆ ਰਹੀਆਂ ਜਿਸ ਵਿੱਚ ਕਈਆਂ ਨੂੰ ਲੋਕਾਂ ਨੂੰ ਥੋੜੇ ਬਹੁਤੇ ਜ਼ਖਮ ਵੀ ਹੋਏ ਨੇ, ਕਈਆਂ ਨੂੰ ਫੰਗਲ ਇਨਫੈਕਸ਼ਨ ਹੋ ਗਈ ਹੈ, ਬੀਪੀ ਕਾਫੀ ਵੱਧ ਰਿਹਾ ਲੋਕਾਂ ਦਾ, ਲੋਕਾਂ ਦੇ ਇੱਥੇ ਬੈਠੇ ਬੈਠੇ ਆਂਸੂ ਦੇ ਬੋਲਿਆ ਕਰਨ, ਲੋਕਾਂ ਦੇ ਗਲੇ ਖਰਾਬ ਹੋ ਗਏ ਨੇ ਜਿਸ ਕਾਰਨ ਲੋਕਾਂ ਦੀ ਅੱਖਾਂ 'ਚ ਇਨਫੈਕਸ਼ਨ ਵੀ ਆ ਗਈ ਆ, ਕਾਫੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ। ਹੰਝੂ ਗੈਸ ਦੇ ਗੋਲੇ ਦੀ ਵਜ੍ਹਾ ਕਰਕੇ ਇਨਫੈਕਸ਼ਨ ਜਿਹੜੀ ਉਹ ਹੋਈ ਹੈ, ਕਈਆਂ ਨੂੰ ਸਾਹ ਦੀ ਦਿੱਕਤ ਆ ਰਹੀ, ਔਰ ਇੱਥੇ ਮੈਡੀਕਲ ਕੈਂਪ ਜਿਹੜਾ ਉਹ ਲੱਗਿਆ ਹੋਇਆ ਦੂਜੇ ਪਾਸੇ ਦੀ ਤਸਵੀਰ ਜਿਹੜੀ ਹੈ ਉਹ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਇਲਾਜ ਜਿਹੜਾ ਵਾ ਉਹ ਚੱਲ ਰਿਹਾ। ਇਹਨਾਂ ਦੇ ਹੰਝੂ ਗੈਸ ਦੇ ਗੋਲੇ ਲੱਗੇ ਸੀ, ਕੀ ਲੱਗਾ? ਪੈਲਟ ਲੱਗੇ, ਪੈਲਟ ਪੈਲਟ ਬਲੱਡ ਜਾਂ ਫੈਲ ਗਿਆ ਉਦਾਂ ਹੀ ਨੀਲ ਹੋਣ ਨਾਲ। ਹਾਂ ਇਹ ਲੋਕ ਜਿਹੜੇ ਨੇ ਇੱਥੇ ਜਿਨ੍ਹਾਂ ਨੂੰ ਇੰਜਰੀ ਹੋਈ ਹੈ ਉਹ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ। ਹੁਣ ਤੱਕ ਕਿੰਨੇ ਲੋਕਾਂ ਦਾ ਇੱਥੇ ਟ੍ਰੀਟਮੈਂਟ ਹੋ ਗਿਆ? ਕਾਫੀ ਜ਼ਿਆਦਾ ਹੋ ਗਿਆ ਜੀ, ਬਾਕੀ ਡਾਕਟਰ ਸਾਹਿਬ ਦੱਸ ਦਿੰਦੇ ਤੁਹਾਨੂੰ। ਡਾਕਟਰ ਸਾਹਿਬ ਜ਼ਿਆਦਾ? ਹਾਂਜੀ 35 ਮੁੰਡੇ ਜਿਹੜੇ ਕੱਲ੍ਹ ਦਾ ਡਿਟੇਲ ਆ, ਮੈਂ ਹੁਣੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਮੈਂ ਵੀ ਮੀਡੀਆ ਤੋਂ ਹੀ ਹਾਂ, ਅਤੇ 35 ਮੁੰਡੇ ਦੱਸਦੇ ਜਿਨ੍ਹਾਂ ਦੇ ਪੈਲਟਸ ਲੱਗੇ ਸੀਗੇ,
15 ਮੁੰਡੇ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਡੈਮੇਜ ਹੋਈ ਆ, ਕੋਰਨੀਆ ਬਚ ਗਏ ਨੇ, ਕੋਰਨੀਆ ਡੈਮੇਜ ਨਹੀਂ ਹੋਏ, ਪਰ ਜਿਹੜਾ ਆਊਟਰ ਹੁੰਦਾ ਜਿਹਨੂੰ ਵਾਈਟ ਕਲਰ। ਡਾਕਟਰ ਸਾਹਿਬ ਦੱਸੋ ਦੇਖ ਲੋ ਬਈ, ਤੁਹਾਡੇ ਸਾਹਮਣੇ ਹੈਗਾ, ਦੇਖੋ ਵੀ ਆ ਲੋਹੇ ਦੇ ਹੈਗੇ ਆ ਵੀ, ਜੇ ਪਲਾਸਟਿਕ ਨਾਲ ਲੋਹੇ ਦੇ ਆ, ਦੇਖ ਲੋ ਵੀਰੇ ਥੋੜਾ ਜਿਹਾ ਦੱਸਿਓ ਡਾਕਟਰ ਸਾਹਿਬ। ਆਹ ਦੇਖੋ ਹੁਣ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲੀ ਬੈਨ ਆ ਇਹ, ਪੈਲਟ ਗਨ ਯੂਜ਼ ਨਹੀਂ ਹੋ ਸਕਦੀ, ਪਰ ਇੱਥੇ ਪੈਲਟ ਗਨ ਯੂਜ਼ ਕੀਤੀ ਜਾ ਰਹੀ ਹੈ। ਇਹ ਕਿਹੜੀ ਡੈਮੋਕ੍ਰੇਸੀ? ਕਿੰਨੇ ਕੁ ਤੁਹਾਡੇ ਕੋਲ ਇਸ ਤਰੀਕੇ ਦੇ ਮਰੀਜ਼ ਆਏ ਨੇ ਜਿਨ੍ਹਾਂ ਦੇ? ਕੱਲ ਦੇ ਵੀਰੇ ਬਹੁਤ ਆ ਚੁੱਕੇ, ਕੱਲ ਦੇ ਬਹੁਤ ਹੀ ਗੱਡੀਆਂ, ਛੋਟੇ ਛੋਟੇ ਬੱਚਿਆਂ ਦੇ ਗੋਲੀਆਂ ਨਿਕਲੀਆਂ। ਇਹ ਪੈਲਟ ਗਨ ਦੇ ਨੇ ਸਾਰੇ? ਇਹ ਤੇ ਪਤਾ ਨਹੀਂ ਵੀਰੇ ਕਿਹੜੀ ਗਨ ਹੋਣ ਦਾ, ਆਪਣੇ ਇੰਜੈਕਸ਼ਨ ਦਾ ਪਤਾ ਵੀ ਸਾਡੇ ਕੰਮ ਹੀ ਤੋਂ ਡਾਕਟਰੀ ਲੈਂਦਾ ਹੈਗਾ। ਕਿਹੜੇ ਕਿਹੜੇ ਇੰਜੈਕਸ਼ਨ ਜਿਹੜੇ ਇਹਨਾਂ ਨੂੰ ਦਿੱਤੇ ਜਾ ਰਹੇ ਔਰ ਕਿੰਨੀ ਦੇਰ 'ਚ ਠੀਕ ਹੋ ਜਾਂਦੇ? ਫਸਟ ਸਟੇਜ ਡੋਜ਼ ਹੀ ਦੇ ਰਹੇ ਇਹਨਾਂ ਨੂੰ ਬਸ। ਆਹ ਮੁੰਡੇ ਦੀ ਅੱਖ ਦੇਖੋ ਤੁਸੀਂ, ਦਿਖਾਈ ਵੀਰੇ। ਇਹ ਬਾਈ ਕੱਲ ਲੱਗੀ ਪਰਸੋਂ ਲੱਗੀ? ਕਹਿੰਦਾ ਪਰਸੋਂ ਦੀ ਆ। ਠੀਕ ਆ, ਉਦਾਂ ਸਾਲੀ ਲਾਲੀ ਹੀ ਲੱਗੀ ਫੈਲਣੇ ਯਾਰ। ਮੈਂ ਕਿਹਾ ਉਹ ਹੰਝੂ ਗੈਸ ਦਾ ਗੋਲਾ ਲੱਗਾ ਸੀਗਾ, ਹੰਝੂ ਗੈਸ ਦਾ ਗੋਲਾ ਲੱਗਾ ਸੀ। ਇੱਕ ਉਸਤਾਦ ਆ ਰੜਕਦਾ ਉਰੇ, ਆ ਤਾਂ ਨਿਕਲ ਗਏ ਤੇ ਆ ਜਿਹੜੇ ਆ ਬਾਹ ਤੇ ਨਿਸ਼ਾਨ ਦਿਖਾਈਓ, ਇਹ ਬਾਹ ਤੇ ਕੀ ਲੱਗਾ ਬਾਈ? ਚੜਦ ਮੈਂ ਤਾਂ ਚਾਹੀਦਾ ਨਹੀਂ ਆਈਸ, ਦਾਰੂ ਪਾਉਣ ਵਾਸਤੇ ਜਿਹੜੀ ਆਈਸ ਠੀਕ ਹੋ ਜਾਏਗੀ ਤੇਰੀ। ਹੈਗਾ ਸਾਰਾ ਕੁਝ ਹੈਗਾ ਵੀਰੇ, ਆ ਤੁਹਾਨੂੰ ਐਥੀਕਲ ਲੈ ਜਾਂਦਾ ਅੱਖ ਸੈੱਟ ਕਰਨੀ ਆਪਣੇ ਥੋੜੀ। ਇਹ ਬਾਹ ਤੇ ਵੀ ਪਰਸੋਂ ਹੀ ਲੱਗੀ ਸੀ ਤੁਹਾਡੇ? ਪਰਸੋਂ ਦੀ ਯਾਰ। ਜਿਹੜੇ ਲੋਕ ਕਾਫੀ ਜ਼ਿਆਦਾ ਫੱਟੜ ਜਿਹੜੇ ਨੇ ਹੋਏ ਨੇ, ਉਹਨਾਂ ਦਾ ਇਲਾਜ ਜਿਹੜਾ ਉਹ ਇਸ ਵੇਲੇ ਖਾਲਸਾ ਏਡ ਦੇ ਵੱਲੋਂ ਕੀਤਾ ਜਾ ਰਿਹਾ। ਰਬੜ ਦੀਆਂ ਗੋਲੀਆਂ ਯੂਜ਼ ਕੀਤੀਆਂ ਜਾ ਰਹੀਆਂ ਬਾਪੂ ਹੋਣੀ? ਨਹੀਂ, ਰਬੜ ਦੀਆਂ ਗੋਲੀਆਂ, ਪੈਲਟ, ਇਹ ਤਾਂ ਪੈਲਟ ਆ ਜਿਹ 'ਚ ਛਰੇ ਆ, ਰਬੜ ਦੀਆਂ ਗੋਲੀਆਂ ਡਾਇਰੈਕਟ ਮਾਰੀਆਂ ਗਈਆਂ। ਆ ਇੱਥੇ ਕੋਨੇ ਵੀਰ, ਇੱਥੇ ਖੜਿਆ ਲੰਗਰ ਲਾਇਆ ਹੋਇਆ, ਉਹਦੇ ਇੱਥੇ ਰਬੜ ਦੀ ਗੋਲੀ ਵੱਜੀ ਆ ਸਿੱਧੀ ਛਾਤੀ। ਹੁਣ ਜਿਹੜਾ ਮਾਹੌਲ ਸ਼ਾਂਤ ਹੋਇਆ, ਲੇਕਿਨ ਸ਼ਾਮ ਨੂੰ ਮੀਟਿੰਗ ਹੋਣੀ ਹੈ, ਮੀਟਿੰਗ 'ਚ ਸਿੱਟੇ ਤੋਂ ਕਿੰਨੀ ਕੁ ਉਮੀਦ ਤੁਹਾਨੂੰ ਅਸਲ, ਜਾਂ ਕਿੰਨੀ ਕੁ ਤਿਆਰੀ ਤੁਹਾਡੀ? ਬਾਈ ਚੱਲ ਦੇਖਦੇ, ਹੁਣ ਮੀਟਿੰਗ ਹੋਵੇ ਤੇ ਬਾਅਦ ਪਤਾ ਲੱਗੂਗਾ। ਜਥੇਬੰਦੀਆਂ ਨੇ ਕਹਿਣਾ ਯਾਰ ਜੋ ਕਹਿਣਾ ਕਰ ਦੇਣਗੇ, ਠੀਕ ਆ। ਚੜ੍ਹਦੀ ਕਾਲ ਅਸੀਂ ਤਾਂ ਨਹੀਂ ਹੈਗੇ ਆ ਫਿਰ ਬਾਈ, ਤਿਆਰ ਆ, ਠੀਕ ਆ। ਜੇ ਪਰ ਤੁਹਾਡੀ ਸਿਹਤ ਵੀ ਜ਼ਰੂਰੀ ਹੈ, ਸਿਹਤ ਵੀ ਜ਼ਰੂਰੀ ਆ, ਤੁਸੀਂ ਰੱਖਣ ਕਿਤੇ ਸਰਕਾਰ ਪ੍ਰਯਾਸ ਰੱਖਣ ਯਾਰ। ਕਹਿਣ ਭਾਵੇਂ ਮੀਟਿੰਗ ਕਰਨੀ ਆ, ਰੋਜ਼ ਇਹ ਮੀਟਿੰਗਾਂ ਬੁਲਾਈ ਜਾਂਦੇ, ਫਿਰ ਉਰੇ ਬਿਠਾ ਕੇ ਰੱਖਣ, ਕਿਆ ਐਵੇਂ? ਬਹੁਤਾ ਜ਼ੁਲਮ ਵੀ ਨਹੀਂ ਸਹਿਣਾ ਚਾਹੀਦਾ ਬਾਈ, ਫਿਰ ਜ਼ੁਲਮ ਉਨਾ ਕੁ ਸੌ ਜਿੰਨਾ ਕੁ ਵੀ ਮਤਲਬ ਲੱਗੇ ਵੀ ਆ, ਠੀਕ ਆ ਚੱਲ ਕੋਈ ਗੱਲ ਨਹੀਂ, ਪਰ ਸਾਲਾ ਬਹੁਤਾ ਇਹ ਕਰੀ ਜਾਣਾ ਫਿਰ ਉਹ ਫਾਇਦਾ ਨਹੀਂ ਬਾਈ। ਚਲੋ ਇਸ ਵੇਲੇ ਇਲਾਜ ਜਿਹੜਾ ਵਾ ਉਹ ਖਾਲਸਾ ਏਡ ਦੇ ਵੱਲੋਂ ਕੀਤਾ ਜਾ ਰਿਹਾ। ਤਸਵੀਰਾਂ ਅਸੀਂ ਲਗਾਤਾਰ ਇੱਥੇ ਮਰੀਜ਼ ਜਿਹੜੇ ਨੇ ਉਹ ਆ ਰਹੇ ਨੇ। ਹਾਂਜੀ ਹਾਂਜੀ ਸਰ, ਕੰਟੀਨਿਊਸਲੀ ਆ ਰਹੇ। ਇਹ 24 ਘੰਟੇ ਤੁਹਾਡਾ ਲੱਗਾ ਸਰ? 24 ਆਰ ਲੱਗਾ ਰਿਹਾ। ਖਾਲਸਾ ਏਡ ਦੇ ਵੱਲੋਂ ਹੁਣ ਲਗਾਤਾਰ ਇੱਥੇ ਇਲਾਜ ਜਿਹੜਾ ਵਾ ਉਹ ਕੀਤਾ ਜਾ ਰਿਹਾ। ਜਿਹੜੇ ਲੋਕ ਫੱਟੜ ਹੋਏ, ਜ਼ਖਮੀ ਹੋਏ, ਜਿਨ੍ਹਾਂ ਦਾ ਇਸ ਵੇਲੇ ਹੰਝੂ ਗੈਸ ਦੇ ਗੋਲੇ ਜਿਹੜੇ ਲੱਗੇ ਸੀ, ਕਈਆਂ ਦੀਆਂ ਅੱਖਾਂ ਦੇ ਉੱਤੇ ਵੀ ਉਸਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ।